ਚਲੋ ਚੱਲੀਏ ਸੱਚਖੰਡ ਚਰਨ ਗੰਗਾ ਜਿੱਥੇ ਆਦਿ ਤਰਮ ਦੀ ਬਾਤ ਹੋਵੇ ਚਲੋ ਚੱਲੀਏ ਸੱਚਖੰਡ ਚਰਨ ਗੰਗਾ ਜਿੱਥੇ ਆਦਿ ਤਰਮ ਦੀ ਬਾਤ ਹੋਵੇ ਇਹ ਸੱਚਾ ਸੁੱਚਾ ਸਰਦਤਾ ਨਾ ਜਾਤ ਹੋਵੇ ਨਾ ਪਾਤ ਹੋਵੇ ਚਲੋ ਚੱਲੀਏ ਸੱਚਖੰਡ ਚਰਨ ਗੰਗਾ ਦਰਮ ਦੀ ਬਾਤ ਹੋਵੇ ਚਲੋ ਚੱਲੀਏ ਸੱਚਖੰਡ ਚਰਨੇ ਦੰਗਾ ਜਿੱਥੇ ਆਦੇ ਧਰਮ ਦੀ ਬਾਤ ਹੋਵੇ ਇਹ ਪਵਿੱਤਰ ਸਥਾਨ ਤਹਿਸੀਲ ਗਰਸ਼ੰਕਰ ਜ਼ਿਲ੍ਹਾ ਹਸ਼ਿਆਰਪੁਰ ਦੀਆਂ ਮਨਮੋਹਕ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸਜੋਬਤ ਹੈ ਸੱਚਖੰਡ ਸ਼੍ਰੀ ਖਰਾਲਗੜ ਸਾਹਿਬ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਲੋਕਾਇਦਾ ਉਦਾਰਕੰਢੀ 4 ਸਾਲ 2 ਮਹੀਨੇ 11 ਦਿਨ ਰਹੇ ਸ਼੍ਰੀ ਗੁਰੂ ਰਵਿਦਾਸ ਜੀ ਦੁਨੀਆ ਦੇ ਉਦਾਰ ਲਈ ਸੱਚਖੰਡ ਖਰਾਲਗੜ ਸਾਹਿਬ ਵਿਖੇ ਰਹਿ ਰਹੇ ਸਨ ਤੇ ਹਮੇਸ਼ਾ ਪ੍ਰਭੂ ਦੀ ਬੰਦਗੀ 'ਚ ਲੀਨ ਰਹੇ ਸਨ ਇਹ ਇਲਾਕਾ ਗੁਰੂ ਜੀ ਦੀ ਕਿਰਪਾ ਨਾਲ ਖੁਸ਼ਹਾਲ ਹੋਣ ਲੱਗਾ ਗੁਰੂ ਜੀ ਦੀ ਆਪਾਰ ਕਿਰਪਾ ਨਾਲ ਪੈਰੇ ਚਰਨੇ ਤੇ ਸਰੋਵਰ ਤੇ ਸੰਗਤ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰਦੀ ਹੈ ਸੰਗਤਾਂ ਦੀ ਸਹੂਲਤਲੇ ਲੰਗਰ ਨਿਰੰਤਰ ਚੱਲਦਾ ਹੈ ਜਿੱਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਪਣਾ ਵੱਦ ਤੋਂ ਵੱਧ ਯੋਗਦਾਨ ਪਾਉਂਦੇ ਰਹਿੰਦੇ ਹਨ ਦੇਸ਼ ਵਿਦੇਸ਼ ਤੋਂ ਇੱਥੇ ਹਰ ਰੋਜ਼ ਸੰਗਤ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਗੁਰੂ ਕਾਰ ਦੀ ਕਮੇਟੀ ਦੇ ਮੁੱਖ ਕੰਮ ਹਨ ਸਮਾਜ ਵਿੱਚ ਫੈਲੀਆਂ ਬਰਾਈਆਂ ਦੂਰ ਕਰਨਾ ਖੂਨਦਾਨ ਕੈਂਪ ਅੱਖਾਂ ਦੇ ਕੈਂਪ ਲਗਾਉਣੇ ਆਦਿ ਇਸੇ ਨਾਲ ਹੀ ਸਭ ਧਰਮਾਂ ਸਤਿਕਾਰ ਕਰਦੇ ਹੋਏ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਬੇਗਮਪੁਰਾ ਨੂੰ ਕਰ ਕਰ ਪਹੁੰਚਾਉਣਾ ਹੈ। ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੂ ਚਿਰ ਪੇਵ ਦਰਸ਼ਨ ਦੇਖੇ ਐਸਾ ਚਾਹੋ ਰਾਜ ਮੈਂ ਜਹ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸਮ ਬਸੈ ਰਵਿਦਾਸ ਰਹੇ ਪ੍ਰਸੰਨ ਗੁਰੂ ਪੈਰੀ ਸਾਧ ਸੰਗਤ ਜੀਓ ਈਸ਼ਵਰ ਦੇ ਬਾਰੇ ਵਿੱਚ ਰੱਬ ਦੇ ਬਾਰੇ ਵਿੱਚ ਜੀਵ ਜਿਹੜਾ ਹੈ ਉਹ ਸਾਰਾ ਦਿਨ ਭਟਕਦਾ ਰਹਿੰਦਾ ਹੈ ਉਹ ਥਾਂ ਥਾਂ ਤੇ ਜਾ ਕੇ ਆਪਣੇ ਮਨ ਦੀ ਸ਼ਾਂਤੀ ਨੂੰ ਭਾਲਦਾ ਹੈ ਪਰ ਅੱਜ ਦੇ ਇਸ ਮਾਹੌਲ ਦੇ ਵਿੱਚ ਸ਼ਾਂਤੀ ਪ੍ਰਾਪਤ ਕਰਨੀ ਬਹੁਤ ਔਖੀ ਹੋਈ ਹੋਈ ਹੈ ਪਿਆਰੀ ਸਾਧ ਸੰਗਤ ਜੀਓ ਅਸੀਂ ਰੱਬ ਨੂੰ ਬਾਹਰ ਭਾਲਦੇ ਹਾਂ ਪਰ ਉਹ ਜ਼ਰੇ ਜ਼ਰੇ ਦੇ ਵਿੱਚ ਹੈ ਉਹ ਮਨੁੱਖ ਦੇ ਅੰਦਰ ਹੈ ਇਹ ਸਾਰਾ ਅੰਦਰੂਖੀ ਗੱਲਾਂ ਹਨ ਬਾਹਰ ਮੁਖੀ ਨਹੀਂ ਹਨ ਰੱਬ ਨੂੰ ਸਮਝਣ ਵਾਸਤੇ ਉਸ ਨੂੰ ਪਾਉਣ ਵਾਸਤੇ ਉਸ ਦੀ ਰਹਿਮਤ ਲੈਣ ਵਾਸਤੇ ਸਾਨੂੰ ਇਸ ਸਰੀਰ ਨੂੰ ਖੋਜਣਾ ਪਵੇਗਾ ਜਿੰਨਾ ਚਿਰ ਅਸੀਂ ਇਸ ਸਰੀਰ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਲੈ ਲੈਂਦੇ ਉਹਨਾਂ ਚਿਰ ਸਾਨੂੰ ਰੱਬ ਦੇ ਕਨਸੈਪਟ ਨੂੰ ਸਮਝਣਾ ਬਹੁਤ ਔਖਾ ਹੈ ਪਿਆਰੀ ਸਾਧ ਸੰਗਤ ਜੀਓ ਇਹ ਜਿਹੜਾ ਸਰੀਰ ਹੈ ਇਹ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਪੰਜ ਤੱਤਾਂ ਦੇ ਸਮੇਲ ਦੇ ਨਾਲ ਇਹ ਸਰੀਰ ਦੀ ਬਣਤਰ ਹੋਈ ਹੈ ਮਹਿਲਾ ਹਵਾ ਪਾਣੀ ਅਗਨੀ ਧਰਤੀ ਤੇ ਆਕਾਸ਼ ਪਰ ਕਈ ਪੰਜਵੇਂ ਤੱਤ ਨੂੰ ਨਹੀਂ ਮੰਨਦੇ ਚਾਰ ਤੱਤੇ ਹੀ ਮੰਨਦੇ ਹਨ ਪਰ ਪੰਜਵਾਂ ਤੱਤ ਵੀ ਖਲਾ ਹੈ ਜੋ ਜੋ ਸਪੇਸ ਹੈ ਉਹ ਵੀ ਬਹੁਤ ਜ਼ਰੂਰੀ ਹੈ ਸਾਡੇ ਪਨਪੜ ਵਾਸਤੇ ਸਾਡੀ ਡਿਵੈਲਪਮੈਂਟ ਵਾਸਤੇ ਸਾਨੂੰ ਜੀਉਣ ਵਾਸਤੇ ਰਹਿਣ ਵਾਸਤੇ ਸਪੇਸ ਬਹੁਤ ਜ਼ਰੂਰੀ ਹੈ ਪੈਰੀ ਸਾਥ ਸੰਜਿਓ ਇਹ ਪੰਜ ਤੱਤਾਂ ਦਾ ਜੋ ਸਿਰ ਬਣ ਗਿਆ ਹੈ ਅੱਗੇ ਹੁਣ ਕਾਦੇ ਸਾਰੇ ਜਿਉਂਦਾ ਹੈ ਇਹ ਅੰਨ ਦੇ ਸਹਾਰੇ ਜਿਉਂਦਾ ਹੈ ਭਾਈ ਇਹ ਮੈਂ ਨਹੀਂ ਕਹਿੰਦਾ ਅਸੀਂ ਨਹੀਂ ਕਹਿੰਦੇ ਇਹ ਡਾਕਟਰ ਕਹਿੰਦਾ ਹੈ ਜਦੋਂ ਵੀ ਕੋਈ ਬਿਮਾਰ ਆਦਮੀ ਡਾਕਟਰ ਕੋਲ ਜਾਂਦਾ ਹੈ ਤਾਂ ਉਹ ਉਸ ਦੀ ਨਬਜ਼ ਦੇਖ ਕੇ ਉਸ ਦਾ ਮਾਯਨਾ ਕਰਕੇ ਦੱਸਦਾ ਹੈ ਕਿ ਭਾਈ ਤੇਰੇ ਵਿੱਚ ਤਾਂ ਖੂਨ ਹੀ 5 ਜਾਂ 7 ਗ੍ਰਾਮ ਰਹਿ ਗਿਆ ਹੈ ਕਹਿਣ ਦਾ ਭਾਵ ਕੀ ਹੈ ਡਾਕਟਰ ਕਹਿੰਦਾ ਹੈ ਕਿ ਜੇ ਭਾਈ ਇਹ ਤੂੰ ਸਰੀਰ ਦੇ ਵਿੱਚ ਖੂਨ ਪੂਰਾ ਨਾ ਕੀਤਾ ਭਾਵ ਆਦਮੀ ਦੇ ਵਿੱਚ 12 ਗ੍ਰਾਮ ਇਸਤਰੀ ਦੇ ਵਿੱਚ 11 ਗ੍ਰਾਮ ਉਹਨਾਂ ਚਿਰ ਤੱਕ ਇਹ ਸਰੀਰ ਪੂਰਨ ਤੌਰ ਤੇ ਕੰਮ ਨਹੀਂ ਕਰੇਗਾ ਜੇ ਅਸੀਂ ਖੋਣ ਦੀ ਕਾਰਡ ਪੂਰੀ ਨਹੀਂ ਕਰਦੇ ਫਿਰ ਕੀ ਹੋਵੇਗਾ ਫਿਰ ਸਾਧ ਸੰਗਤ ਜੀਓ ਇਸ ਸਰੀਰ ਦੇ ਵਿੱਚ ਜੋ ਮਸ਼ੀਨਰੀ ਉਸ ਪ੍ਰਮਾਤਮਾ ਨੇ ਫਿਟ ਕੀਤੀ ਹੋਈ ਹੈ ਜਿਹੜੀ ਦੋ ਤਰ੍ਹਾਂ ਦੀ ਹੈ ਇੱਕ ਅੰਦਰ ਹੈ ਇੱਕ ਬਾਹਰ ਹੈ ਇੱਕ ਦਿਖਦੀ ਹੈ ਇੱਕ ਨਹੀਂ ਦਿਖਦੀ ਹੈ ਪਰ ਇਹ ਦੋਈ ਤਰ੍ਹਾਂ ਦੀ ਮਸ਼ੀਨਰੀ ਜੋ ਹੈ ਇਹ ਅਨ ਦੇ ਸਹਾਰੇ ਜਿਉਂਦੀ ਹੈ ਇਹ ਸਰੀਰ ਅਨ ਦਾ ਬਣਿਆ ਹੋਇਆ ਹੈ ਪਿਆਰੀ ਸਾਧ ਸੰਗਤ ਜੀਓ ਇਹ ਦੋਏ ਚੀਜ਼ਾਂ ਜਿਹੜੀਆਂ ਹਨ ਉਹ ਹੁਣੇ ਹੀ ਪ੍ਰਗਟ ਹੋਣੀਆਂ ਤੁਹਾਡੇ ਸਾਹਮਣੇ ਉਹ ਹੁਣੇ ਹੀ ਕੱਲੀ ਕੱਲੀ ਪ੍ਰਗਟ ਹੋ ਕੇ ਸਾਹਮਣੇ ਆਏਗੀ ਇਹ ਜਿਹੜੀ ਅੱਖ ਹੈ ਇਹ ਦੁਨਿਆਵੀ ਅੱਖ ਹੈ ਇਹ ਅੱਖ ਜੋ ਕੁਝ ਵੀ ਦੇਖਦੀ ਹੈ ਉਹ ਨਾਸ਼ਵਾਨ ਹੈ ਭਾਵ ਜਿਹੜੀ ਚੀਜ਼ ਕਾਲ ਦੇ ਵਿੱਚ ਬਣੀ ਹੈ ਉਸਨੇ ਕਾਲ ਦੇ ਵਿੱਚ ਹੀ ਖਤਮ ਹੋ ਜਾਣਾ ਹੈ ਔਰ ਅੱਖ ਉਹੀ ਚੀਜ਼ ਦਿਖਾਉਂਦੀ ਹੈ ਜੋ ਸਮੇਂ ਚ ਬਣੀ ਹੈ ਤੇ ਸਮੇਂ ਦੇ ਵਿੱਚ ਖਤਮ ਹੋ ਜਾਂਦੀ ਹੈ ਅਸੀਂ ਜਨਮ ਲਿਆ ਸਮੇਂ ਦੇ ਵਿੱਚ ਸਮੇਂ ਵਿੱਚ ਜਿਵੇਂ ਖਤਮ ਹੋ ਜਾਵਾਂਗੇ ਇਹ ਜਿਹੜਾ ਦੋ ਚੀਜ਼ਾਂ ਇਸ ਦੇ ਵਿੱਚ ਹਨ ਜੋ ਆਖੇ ਦਿਖਾ ਕੇ ਹੁਣੇ ਪ੍ਰਗਟ ਕਰੇਗੀ ਇਹ ਇਸ ਸਰੀਰ ਦੇ ਵਿੱਚ ਰਮੀਆਂ ਹੋਈਆਂ ਹਨ ਉਹ ਇਸ ਤੋਂ ਬਾਹਰ ਨਹੀਂ ਹਨ ਪੈਰੀ ਸਾਧ ਸੰਗ ਜੀਓ ਇੱਕ ਬੰਦਾ ਸੜਕ ਦੇ ਉੱਤੇ ਤੁਰਿਆ ਜਾ ਰਿਹਾ ਹੈ ਤਾਂ ਮੋੜ ਤੇ ਆ ਕੇ ਉਹਨੇ ਇੱਕ ਬਾਗ ਦੇਖਿਆ ਬਾਗ ਅਮਰੂਦਾਂ ਦਾ ਸੀ ਇੱਕ ਪੇੜ ਅਮਰੂਦ ਦੇ ਪੇੜ ਦੀ ਟਾਣੀ ਸੜਕ ਵੱਲੋਂ ਝੁਕੀ ਹੋਈ ਸੀ ਜਿਸ ਨੂੰ ਪੱਕੇ ਪੱਕੇ ਅਮਰੂਦ ਲੱਗੇ ਹੋਏ ਸੀ ਬੰਦਾ ਜਾਂਦਾ ਜਾਂਦਾ ਜਦੋਂ ਉੱਥੇ ਪਹੁੰਚਿਆ ਤਾਂ ਅੱਖ ਨੇ ਕੀ ਦਿਖਾਇਆ ਪੱਕੇ ਅਮਰੂਦ ਪੱਕੇ ਅਮਰੂਦ ਦੇਖ ਕੇ ਬੋਡੀ ਉੱਥੇ ਖੜ ਗਈ ਸਿਰ ਉੱਥੇ ਖੜ ਗਿਆ ਕਿਉਂ ਖੜ ਗਿਆ ਕਿਉਂਕਿ ਇਹ ਅੰਨ ਦਾ ਬਣਿਆ ਹੋਇਆ ਹੈ ਅੱਖ ਨੇ ਅਮਰੂਦ ਦਿਖਾਏ ਦਿਖਾ ਕੇ ਪਰੇ ਹੋ ਗਈ ਜਿਹੜੀ ਚੀਜ਼ ਦਿਖਾਈ ਭਾਈ ਸਾਧ ਸੰਗਜੋ ਉਹ ਮਨ ਨੇ ਫੜ ਲਈ ਹੁਣ ਮਨ ਕਿਹਾ ਹੈ ਮਨ ਹੈ ਵਿਚਾਰ ਦੇਖ ਕੇ ਵਿਚਾਰ ਬਣ ਗਿਆ ਖਾਈਏ ਸਰੀਰ ਦੇ ਵਿੱਚ ਦੋ ਚੀਜ਼ਾਂ ਦਸੀਆਂ ਸੀ ਕਿ ਜਿਹੜੀਆਂ ਇਹਦੇ ਵਿੱਚ ਹਨ ਪਰ ਉਹ ਖਾਸ ਜਗ੍ਹਾ ਦੇ ਉੱਤੇ ਫਿੱਟ ਨਹੀਂ ਹਨ ਜਿਵੇਂ ਦੁੱਧ ਦੇ ਵਿੱਚ ਕਿਉ ਹੈ ਹੁਣ ਅੱਖ ਨੇ ਦਿਖਾਇਆ ਅਮਰੂਦ ਜੋ ਅਮਰੂਦ ਦਿਖਾਏ ਉਹ ਅੱਗੇ ਫੜਲੇ ਮਨ ਨੇ ਮਨ ਹੈ ਵਿਚਾਰ ਖੜੇ ਖੜੇ ਦਾ ਵਿਚਾਰ ਬਣ ਗਿਆ ਖਾਈਏ ਪਿਆਰੀ ਸਾਧ ਸੰਗਜੋ ਹੁਣ ਇੱਕ ਚੀਜ਼ ਪ੍ਰਗਟ ਹੋ ਗਈ ਜਿਹੜੀ ਕਹਿੰਦੀ ਹੈ ਖਾਈਏ ਇਸ ਸਰੀਰ ਦੇ ਵਿੱਚ ਜੋ ਇਹ ਗੱਲ ਕਹਿੰਦੀ ਹੈ ਖਾਈਏ ਉਹ ਦੱਸੋ ਕਿੱਥੇ ਹੈ ਉਹ ਸਰੀਰ ਦੇ ਵਿੱਚ ਕਿਸੇ ਪਾਸੇ ਫਿੱਟ ਨਹੀਂ ਹੈ ਉਹ ਸਾਰੇ ਸਰੀਰ ਦੇ ਵਿੱਚ ਹੈ ਇੱਕ ਚੀਜ਼ ਪ੍ਰਗਟ ਹੋ ਗਈ ਖਾਈਏ ਹੁਣ ਅਸੀਂ ਕਹਾਂਗੇ ਦੋ ਚੀਜ਼ਾਂ ਹਨ ਦੂਸਰੀ ਚੀਜ਼ ਕਹਿੰਦੀ ਆ ਨਾ ਕੁੱਟ ਪਾਏਗੀ ਤਾਂ ਮਨ ਕਹਿੰਦਾ ਹੈ ਕਿ ਕਿਉਂ ਖਾਧੇ ਪਊਗੀ ਅਗੇ 20 ਵਾਰ ਖਾਦੇ ਹਨ ਹੁਣ ਦੋਨਾਂ ਦਾ ਆਪਸ ਵਿੱਚ ਹੀ ਝਗੜਾ ਹੋ ਗਿਆ ਹੈ ਬਾਡੀ ਖੜੀ ਹੈ ਕਿਉਂਕਿ ਮਨ ਜਿਹੜਾ ਹੈ ਉਹ ਬਾਡੀ ਦਾ ਡਰਾਈਵਰ ਹੈ ਉਹ ਬਾਹਰ ਨਿਕਲ ਆਇਆ ਤੇ ਬਾਡੀ ਚੁੱਪ ਕਰਕੇ ਖੜ ਗਈ ਹੈ ਹੁਣ ਦੋਨਾਂ ਦੇ ਵਿੱਚ ਇਹ ਵਿਚਾਰ ਬਟਾਂਦਰਾ ਚੱਲਦਾ ਹੈ ਇਹ ਲੜਾਈ ਜਲਦੀ ਹੈ ਉਹ ਕਹਿੰਦਾ ਖਾਈਏ ਦੂਸਰਾ ਕਹਿੰਦਾ ਨਾ ਕੁੱਟ ਪਾਉਗੀ ਕਹਿੰਦਾ ਕਿਉਂ ਪਾਉਗੀ ਅੱਗੇ ਵੀ ਵਾਰੀ ਖਾਦੇ ਹਨ ਉਹ ਕਹਿੰਦਾ ਅੱਗੇ ਹੀ ਖਾਦੇ ਹਨ ਉਹ ਫਿਰ ਕਹਿੰਦਾ ਜੀ ਅੱਗੇ ਖਾਦੇ ਅੱਜ ਕੀ ਹੈ ਅੱਜ ਕਿਹੜੀ ਗੱਲ ਹੈ ਕਹਿੰਦਾ ਅੱਜ ਉਸਦੇ ਮਾਲਕ ਨੇ ਝੂਗੀ ਬਾਲੀ ਹੈ ਉਹਦੇ ਵਿੱਚ ਬੈਠਾ ਹੋਵੇਗਾ ਮਨ ਫੇਰ ਨਹੀਂ ਮੰਨਦਾ ਕਹਿੰਦਾ ਕੋਈ ਗੱਲ ਨਹੀਂ ਦੇਖ ਲੈਨੇ ਆ ਜਦੋਂ ਦੇਖਿਆ ਤਾਂ ਕਹਿੰਦਾ ਕੋਈ ਨਹੀਂ ਹੈ ਪਿਆਰੀ ਸਾਧ ਸੰਗ ਜੀਓ ਇਹ ਜਿਹੜਾ ਮਨ ਹੈ ਇਹ ਬੜਾ ਚੰਚਲ ਹੈ ਇਹ ਸਾਨੂੰ ਸਾਰਾ ਦਿਨ ਚੱਕਰਾਂ 'ਚ ਪਾਈ ਰੱਖਦਾ ਹੈ ਇਹ ਸਾਨੂੰ ਚੰਗੇ ਮਾੜੇ ਦੇ ਵਿੱਚ ਪਸਾਉਂਦਾ ਹੈ ਪਿਆਰੀ ਸਾਧ ਸੰਗਜੋ ਜੋ ਮਨ ਹੈ ਮਨ ਹੀ ਇਸ ਸਰੀਰ ਨੂੰ ਇਸ ਕਾਇਆ ਨੂੰ ਖਰਾਬ ਕਰਦਾ ਹੈ ਸਾਰਾ ਦਿਨ ਸਾਨੂੰ ਭਟਕਣਾਂ ਦੇ ਵਿੱਚ ਲਾਈ ਰੱਖਦਾ ਹੈ ਇਸ ਨੂੰ ਰੱਸਾ ਪਾਉਣਾ ਹੈ ਭਾਈ ਇਸ ਚੰਚਲ ਮਨ ਨੂੰ ਸੰਗਲ ਪਾਉਣਾ ਹੈ ਸੰਗਲ ਕਾਦਾ ਪਾਣਾ ਹੈ ਨਾਮ ਦਾ ਇਸ ਮਨ ਨੂੰ ਅਸੀਂ ਨਾਮ ਦੇ ਸੰਗਲ ਦੇ ਨਾਲ ਬਣ ਸਕਦੇ ਹਨ ਪਿਆਰੀ ਸਾਧ ਸੰਗਜਿਓ ਨਾਮ ਹੀ ਕਹੀ ਚੀਜ਼ ਹੈ ਜਿਹੜਾ ਇਸ ਨੂੰ ਬਨ ਕੇ ਬਠਾਲ ਸਕਦਾ ਹੈ ਪਿਆਰੀ ਸਾਧ ਸੰਗਜਿਓ ਰੋਸ਼ਨੀ ਦੀ ਜਿਹੜੀ ਰਫਤਾਰ ਹੈ ਉਹ 1.86 ਹਜ਼ਾਰ ਮੀਲ ਪ੍ਰਤੀ ਸੈਕਿੰਡ ਹੈ ਪਰ ਮੰਨ ਦਾ ਜਿਹੜਾ ਵੇਗ ਹੈ ਮੰਨ ਦੀ ਜਿਹੜੀ ਰਫਤਾਰ ਹੈ ਉਹ ਰੋਸ਼ਨੀ ਦੀ ਰਫਤਾਰ ਦੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਹੈ ਸੋ ਜਦੋਂ ਇੰਨੀ ਰਫਤਾਰ ਹੈ ਅਸੀਂ ਇਸ ਨੂੰ ਕਿਸ ਤਰ੍ਹਾਂ ਬਨਾਂਗੇ ਪਿਆਰੀ ਸਾਧ ਸੰਗਜਿਓ ਨਾਮ ਦੇ ਨਾਲ ਅਸੀਂ ਇਸ ਚੰਚਲ ਮਨ ਨੂੰ ਜੋ ਸਾਨੂੰ ਸਾਰਾ ਦਿਨ ਚੱਕਰ ਚ ਪਾਈ ਰੱਖਦਾ ਹੈ ਬੰਨ ਸਕਦੇ ਆ ਪਰ ਅਸੀਂ ਬੰਨ ਵੀ ਲਿਆ ਨਾਮ ਦਾ ਸੰਗਲ ਵੀ ਪਾ ਲਿਆ ਨਾਮ ਵੀ ਲੈ ਲਿਆ ਪਰ ਅਸੀਂ ਉਸ ਨੂੰ ਖੁਰਾਕ ਪਾਉਣੀ ਫੇਰ ਨਹੀਂ ਛੱਡੀ ਪਿਆਰੀ ਸਾਧ ਸੰਗ ਜੀਓ ਜਿੰਨਾ ਚਿਰ ਤੱਕ ਅਸੀਂ ਇਸ ਮਨ ਨੂੰ ਉਹ ਖੁਰਾਕ ਚੁਗਲੀ ਲਿੰਦਿਆ ਕਾਮ ਕਰੋ ਲੋਭ ਮੋਹ ਹੰਕਾਰ ਬਾਸ਼ਨ ਤ੍ਰਿਸ਼ਨਾ ਦੀ ਪਾਉਣ ਤੋਂ ਨਹੀਂ ਹਟਦੇ ਉਹਨਾਂ ਜਿਹੜੇ ਨੇ ਫਿੱਟਿਆ ਰਹਿਣਾ ਹੈ ਪਿਆਰੀ ਸਾਧ ਸੰਗ ਜੀਓ ਕਈ ਲੋਕਾਂ ਦਾ ਵਿਚਾਰ ਹੈ ਕਿ ਧਰਮ ਸਥਾਨਾਂ ਤੇ ਜਾ ਕੇ ਸਰੋਵਰਾਂ ਵਿੱਚ ਨਾ ਕੇ ਪਵਿੱਤਰ ਹੋ ਜਾਂਦਾ ਹੈ ਇਹ ਠੀਕ ਹੈ ਕਿ ਸਰੋਵਰਾਂ ਉੱਤੇ ਜਾ ਕੇ ਸਾਡੀ ਆਤਮ ਸ਼ਾਂਤੀ ਸਾਨੂੰ ਮਿਲਦੀ ਹੈ ਪਰ ਇਹ ਸਰੋਵਰਾਂ ਉੱਤੇ ਨਾ ਕੇ ਸਾਨੂੰ ਬਾਹਲੇ ਤਨ ਦੀ ਜੋ ਮੈਲ ਹੈ ਉਹ ਅਸੀਂ ਧਾਰ ਸਕਦੇ ਹਾਂ ਪਰ ਜੋ ਅੰਦਰ ਸਾਡੇ ਮੈਲ ਹੈ ਉਹ ਨਹੀਂ ਹੁੰਦੀ ਹੈ ਸਤਿਗੁਰੂ ਨਾਨਕਦੇਵ ਜੀ ਨੇ ਇਸ ਬਾਹਲੇ ਤਨ ਦੀ ਮੈਲ ਦੇ ਬਾਰੇ ਜਪਜੀ ਸਾਹਿਬ ਦੇ ਵਿੱਚ ਇੱਕ ਸ਼ਲੋਕ ਕੀਤਾ ਹੈ ਉਹ ਲਿਖਦੇ ਹਨ ਪਰਿਆ ਹੱਥ ਪੈਰ ਤਨ ਦੇ ਪਾਣੀ ਤੋਤੇ ਉਸ਼ਰਤ ਖੇ ਮੂਤਪਲੀਤੀ ਕਪੜਾ ਹੋਏ ਦੇ ਸਾਬਣ ਲੈ ਉਧੋਏ ਭਰਿਆ ਮਤ ਪਾਪਾਂਗੇ ਸੰਗ ਉਧੋਏ ਨਾਮ ਕੇ ਰਾਂਗਾ ਗੁਰੂ ਜੀ ਕਹਿੰਦੇ ਹਨ ਏ ਭਾਈ ਏ ਜੀ ਪ੍ਰਾਣੀ ਜੀ ਤੇਰੇ ਸਰੀਰ ਨੂੰ ਮਿੱਟੀ ਲੱਗ ਗਈ ਆ ਤਾਂ ਤੂੰ ਪਾਣੀ ਨਾ ਤੋਲੇਗਾ ਜਿਸ ਤੋਂ ਅਲੱਗ ਹੋਰ ਕੋਈ ਮੂਤਪਲੀਤੀ ਪੋਟੀ ਜਾਂ ਹੋਰ ਕੋਈ ਇਹ ਜਾਂ ਗੰਦਮਦ ਲੱਗ ਗਿਆ ਤਾਂ ਸਾਬਣ ਨਾਲ ਧੋਲੇਗਾ ਪਰ ਜਿਹੜਾ ਤੇਰੇ ਅੰਤਰ ਕੰਡ ਦੇ ਵਿੱਚ ਤੇਰੀ ਆਤਮਾ ਦੇ ਉੱਤੇ ਮਣਾ ਮੂਹੀ ਇਹ ਕਾਮ ਕ੍ਰੋਧ ਦਾ ਮੈਲ ਲੱਗੀ ਹੋਈ ਆ ਇਹ ਕਾਦੇ ਨਾਲ ਧੋਵੇਂਗਾ ਪਿਆਰੀ ਸਾਧ ਸੰਗਜੋ ਇਸ ਤੰਦੀ ਮੈਲ ਤਾਰਨ ਵਾਸਤੇ ਤਿੰਨ ਨਦੀਆਂ ਨੂੰ ਬਹੁਤ ਹੀ ਮਸ਼ਹੂਰ ਸਮਝਿਆ ਜਾਂਦਾ ਹੈ ਗੰਗਾ ਜਮਨਾ ਤੇ ਸਰਸਵਤੀ ਜਿਨ੍ਹਾਂ ਦਾ ਸੰਗਮ ਅਲਾਹਾਬਾਦ ਹੁੰਦਾ ਹੈ ਜਿਹਨੂੰ ਤ੍ਰਵੇਣੀ ਕਹਿੰਦੇ ਆ ਉਥੇ ਸਾਰੇ ਲੋਕ ਜਦੋਂ 12 ਸਾਲ ਬਾਅਦ ਕੁੰਭ ਦਾ ਮੇਲਾ ਲੱਗਦਾ ਹੈ ਇਹ ਬਾਹਲੇ ਤੰਦੀ ਮੈਲ ਤਾਰਨ ਵਾਸਤੇ ਇਸ਼ਨਾਨ ਕਰਨ ਜਾਂਦੇ ਹਨ ਪਿਆਰੀ ਸਾਧ ਸੰਗਜੋ ਤੁਸੀਂ ਦੇਖਿਆ ਹੋਵੇਗਾ ਕਿ ਉਥੇ ਕਈ ਅਖਾੜਿਆਂ ਦੇ ਸੰਤ ਨਾਗੇ ਜਾਂ ਪਤੰਬਰ ਚਿੱਟੇ ਕੱਪੜਿਆਂ ਵਾਲੇ ਆਪਸ ਵਿੱਚ ਲੜ ਪੈਂਦੇ ਹਨ ਉਹ ਕਹਿੰਦੇ ਆ ਪਹਿਲਾ ਸ਼ਾਹੀ ਇਸ਼ਨਾਨ ਅਸੀਂ ਕਰਨਾ ਹੈ ਉਹ ਕਹਿੰਦੇ ਆ ਪਹਿਲਾ ਸ਼ਾਹੀ ਇਸ਼ਨਾਨ ਅਸੀਂ ਕਰਨਾ ਹੈ ਸਿਰਫ ਬਾਹਰਲੇ ਤੰਦੀ ਮੈਲ ਤਾਰਨ ਵਾਸਤੇ ਉਹ ਲੜ ਪੈਂਦੇ ਹਨ ਪਰ ਇਹ ਜਿਹੜੀ ਬਾਹਰਲੇ ਤੰਦੀ ਮੈਲ ਹੈ ਇਹਨੂੰ ਗੁਰਬਾਣੀ ਚ ਲਿਖਿਆ ਜੂਂਕੁੰਚਰ ਇਸ਼ਨਾਨ ਇਹ ਕਹਿੰਦੇ ਹਨ ਕਿ ਇਹ ਜਿਹੜੇ ਬਾਹਰਲੇ ਤੰਦੀ ਮੈਲ ਹੈ ਇਹ ਤਾਂ ਹਾਥੀ ਦੇ ਇਸ਼ਨਾਨ ਦੇ ਬਰਾਬਰ ਹੈ ਪਿਆਰੀ ਸਾਧ ਸੰਗਤ ਜੀਓ ਹਾਥੀ ਦਾ ਇਸ਼ਨਾਨ ਕੀ ਹੈ ਜਦੋਂ ਹਾਥੀ ਨਹਾ ਕੇ ਇਸ਼ਨਾਨ ਕਰਕੇ ਬਾਹਰ ਨਿਕਲਦਾ ਹੈ ਉਸੇ ਦਮ ਆਪਣੇ ਉੱਤੇ ਉਹ ਸਵਾਖੇ ਫੇਰ ਪਾ ਲੈਂਦਾ ਹੈ ਅਸੀਂ ਵੀ ਜਦੋਂ ਸਰੋਵਰ ਦੇ ਵਿੱਚੋਂ ਨਹਾ ਕੇ ਬਾਹਰ ਨਿਕਲਦੇ ਹਾਂ ਅਜੇ ਪਰਨਾ ਸਾਡੇ ਮੋਢਿਆਂ ਦੇ ਉੱਤੇ ਹੀ ਹੁੰਦਾ ਹੈ ਅਸੀਂ ਉਹੀ ਚੁਗਲੀ ਲੈਂਦੇ ਆ ਸ਼ੁਰੂ ਕਰ ਦਿੰਦੇ ਆ ਤੇ ਅਸੀਂ ਵੀ ਉਹ ਆਪਣੇ ਉੱਤੇ ਖੇ ਪਾ ਲੈਂਦੇ ਆ ਹੁਣ ਨਾਮ ਜਿਹੜਾ ਨਾਮ ਹੈ ਨਾਮ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਂਦਾ ਹੈ ਪਿਆਰੀ ਸਾਧ ਸੰਗਜਿਓ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਹੈ ਕਿ ਬਾਹਰ ਤਿੰਨ ਨਦੀਆਂ ਹਨ ਗੰਗਾ ਜਮਨਾ ਤੇ ਸਰਸਵਤੀ ਇਸੇ ਤਰ੍ਹਾਂ ਸਾਡੇ ਅੰਤਰਗੰਡ ਸਾਡੇ ਅੰਦਰ ਇਹ ਅੱਖਾਂ ਦੇ ਪਿੱਛੇ ਪਰਬਟਿਆਂ ਦੇ ਪਿੱਛੇ ਅੱਖਾਂ ਦੇ ਬਾਹਰ ਪਿਛਲੇ ਪਾਸੇ 20 ਤਿੰਨ ਨਦੀਆਂ ਹਨ ਜਿਹੜੀਆਂ ਈੜਾ ਪਿੰਗਲਾ ਸੁਖਮਨਾੜੀ ਈੜਾ ਪਿੰਗਲਾ ਸੁਖਮਨਾੜੀ ਸੰਸ ਕਮਲ ਗੁਫਾ ਜਿਹੜੀ ਦਸਵੇਂ ਦੁਆਰ ਦੇ ਬਿਲਕੁਲ ਨਾਲ ਹੈ ਉਥੇ ਇੱਕ ਟੱਬ ਦੇ ਵਿੱਚ ਇਹ ਜਾ ਕੇ ਪੈਂਦੀ ਹਨ ਅਤੇ ਅੰਤਰ ਆਤਮਾ ਜਿਹੜੀ ਸਾਡੀ ਹੈ ਇਹ ਜੀਵ ਦੀ ਉਥੇ ਇਸ਼ਨਾਨ ਕਰਕੇ ਉਹ ਨਾਮ ਦੀ ਚਾਬੀ ਦੇ ਨਾਲ ਦਸਵਾਂ ਦਵਾਰ ਖੋਲ੍ਹ ਕੇ ਉਸ ਅਨਹਦ ਤੁਣ ਨੂੰ ਸੁਣਦਾ ਹੈ ਜਿਹੜੀ ਸਦੀਵੀ ਉਸ ਪ੍ਰਮਾਤਮਾ ਵੱਲੋਂ ਉੱਥੇ ਸੁਣਦੀ ਹੈ ਪੈਰੀ ਸਾਧ ਸੰਗ ਜੀਓ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਬਾਣੀ ਚੋਂਦਾ ਹੈ ਕਿ ਨੌ ਦਵਾਰੇ ਪ੍ਰਗਟ ਹਨ ਪਰ ਦਸਵਾਂ ਗੁਪਤ ਹੈ ਜਿਹੜਾ ਦਸਵਾਂ ਗੁਪਤ ਹੈ ਇਹ ਉਹ ਨਾਮ ਦੇ ਨਾਲ ਖੁੱਲਣਾ ਹੈ ਹੁਣ ਨੌ ਦਵਾਰੇ ਕਿਹੜੇ ਹਨ ਜਿੰਨਾ ਚਿਰ ਸਾਨੂੰ ਨੌ ਦਵਾਰਿਆਂ ਬਾਰੇ ਨਹੀਂ ਪਤਾ ਉਨਾ ਚਿਰ ਸਾਨੂੰ ਇਸ ਕਨਸੈਪਟ ਦੀ ਸਮਝ ਨਹੀਂ ਆਉਣੀ ਕਿ ਨੌ ਦੁਆਰੇ ਕਿਹੜੇ ਹਨ ਪਿਆਰੀ ਸਾਧ ਸੰਗਜੋ ਨੌ ਦੁਆਰੇ ਹਨ ਦੋ ਅੱਖਾਂ ਦੋ ਕੰਨ ਦੋ ਨਾਸਕਾ ਇੱਕ ਮੂੰਹ ਦੋ ਮਲਮੂਤਰ ਵਾਲੇ ਇਹ ਨੌ ਦੁਆਰੇ ਹਨ ਇਹ ਨੌ ਦੁਆਰੇ ਹੀ ਉਸ ਪ੍ਰਮਾਤਮਾ ਦੇ ਮੇਲ ਦੇ ਵਿੱਚ ਮੇਨ ਅੜਿਖਾ ਹਨ ਮਨੁੱਖ ਸਾਰਾ ਦਿਨ ਇਨ੍ਹਾਂ ਨੌ ਦੁਆਰਿਆਂ ਦੇ ਵਿੱਚ ਹੀ ਘੁੰਮਦਾ ਰਹਿੰਦਾ ਹੈ ਜੇ ਉਹ ਨੌ ਦੁਆਰੇ ਤੋਂ ਪਾਰ ਹੋਵੇਗਾ ਤਾਂ ਹੀ ਦਸਵੇਂ ਦੁਆਰ ਵਿੱਚ ਜਾਵੇਗਾ ਜਿੰਨਾ ਚਿਰ ਦਸਵੇਂ ਦੁਆਰ ਵਿੱਚ ਨਹੀਂ ਪਹੁੰਚਦਾ ਜਿੰਨਾ ਚਿਰ ਉਹ ਨੌ ਦੁਆਰਿਆਂ ਨੂੰ ਪਾਰ ਨਹੀਂ ਕਰਦਾ ਹੁਣ ਨੌ ਦੁਆਰੇ ਇਹਨਾਂ ਦੇ ਵਿੱਚ ਉਹ ਸਾਨੂੰ ਸਰ ਬਚਿੱਲਤ ਕਰਦੇ ਰਹਿੰਦੇ ਹਨ ਅਸੀਂ ਉਹ ਨੌ ਦਵਾਰਿਆਂ ਦੇ ਵਿੱਚ ਫਸੇ ਰਹਿੰਦੇ ਹਾਂ ਪਿਆਰੀ ਸਾਧ ਸੰਗਤ ਜੀਓ ਪਹਿਲਾ ਹੈ ਕੰਨ ਰਸ ਇਸ ਰਸਾਂ ਦੇ ਬਾਰੇ ਵਿੱਚ ਸਤਗੁਰੂ ਅਰਦਾਸ ਮਹਾਰਾਜ ਨੇ ਸੂਹੀ ਰਾਗ ਦੇ ਵਿੱਚ ਅਜ ਤੋਂ 600 ਸਾਲ ਪਹਿਲਾਂ ਇੱਕ ਸ਼ਬਦ ਉਚਾਰਿਆ ਹੈ ਇਹ ਸ਼ਬਦ ਦੇ ਵਿੱਚ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਉਹ ਕਿਹੜੀ ਗੱਲ ਹੈ ਕਿਉਂ ਅਸੀਂ ਇਹਨਾਂ ਨੌ ਦਵਾਰਿਆਂ 'ਚੋਂ ਨਿਕਲਦੇ ਨਹੀਂ ਹਨ ਉਹ ਕਿਹੜੀ ਬਲੰਬਨਾ ਹੈ ਉਹ ਕਿਹੜਾ ਕਾਰਨ ਹੈ ਜਿਸ ਕਰਕੇ ਅਸੀਂ ਇਹਨਾਂ ਨੌ ਦਵਾਰਿਆਂ ਦੇ ਵਿੱਚ ਹੀ ਘੁੰਮਦੇ ਰਹਿੰਦੇ ਹਾਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਬੰਦੇ ਨੂੰ ਸਮਝਾਇਆ ਹੈ ਅਤੇ ਇਹ ਨੌ ਦਵਾਰਿਆਂ ਦੀ ਵਿਆਖਿਆ ਕੀਤੀ ਹੈ ਉਹਨਾਂ ਨੇ ਸੂਈ ਰਾਗ ਦੇ ਵਿੱਚ ਸ਼ਬਦ ਉਚਾਰਿਆ ਹੈ ਮਿਰਗ ਮੀਨ ਪ੍ਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਅਸਾਦ ਜਾ ਮਹ ਤਾਂਗੀ ਕੇਤਕਾਸ ਮਾਧੋ ਅਵਿਦਿਆਹਿ ਤਕੀਨ ਵਿਵੇਕ ਦੀਪ ਮਲੀਨ ਦੇਰਕਤ ਜੋਨ ਇਛੇਤ ਸੰਭਵ ਪੁੰਨ ਪਾਪ ਸੋਚ ਮਨੁੱਖਾ અવਤਾਰ ਦੁਰਲਭ ਤੇਹੀ ਸੰਗਤ ਪੋਚ ਜੀਆ ਜੰਤ ਜਹਾਂ ਜਹਾਂ ਲਗ ਕਰਮ ਕੇ ਵਸ ਜਾਏ ਕਾਲ ਫਾਸ ਆਬਦ ਲਾਗੇ ਕੁਛ ਨਾ ਚਲੇ ਪਾਏ ਰਵਿਦਾਸ ਦਾਸ ਉਦਾਸ ਤਜ ਪਰਮ ਤੱਪਨ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮਾਨੰਤ ਕਰੋ ਨਿਦਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਦੇਖੋ ਅਜ ਤੋ 600 ਸਾਲ ਪਹਿਲਾਂ ਗੁਰੂ ਜੀ ਨੇ ਇਹਨਾਂ ਨੌ ਦਵਾਰਿਆਂ ਨੂੰ ਕਿਸ ਤਰ੍ਹਾਂ ਵਿਆਖਿਆ ਕੀਤੀ ਹੈ ਉਹਨਾਂ ਨੇ ਪੰਜ ਟੇਡੀਆਂ ਜੂਨਾ ਜਿਹੜੀਆਂ ਮਨੁੱਖੀ ਜੋ ਉਹਨਾਂ ਤੋਂ ਅਲੱਗ ਹਨ ਮਿਰਗ ਮੀਨ ਪ੍ਰੰਗ ਪਤੰਗ ਕੁੰਚਰ ਮਿਰਗ ਹਿਰਨ ਮੀਨ ਮੱਛੀ ਪੌੜਾ ਫੁੱਲਾਂ ਵਾਲਾ ਪਤੰਗਾ ਲਾਈਟ ਵਾਲਾ ਕੁੰਚਰ ਹਾਥੀ ਗੁਰੂ ਜੀ ਕਹਿੰਦੇ ਹਨ ਕਿ ਇਹ ਪਿਆਰੇ ਇਹ ਮਨੁੱਖ ਇਹ ਜੀਵ ਇਹ ਪੰਜ ਤਿਰਗਤ ਜੂਨਾ ਵਾਲੇ ਜੋ ਹਨ ਉਹ ਇੱਕ ਇੱਕ ਦੋਸ਼ ਕਰਕੇ ਇੱਕ ਭੈੜੀ ਵਾਦੀ ਕਰਕੇ ਇੱਕ ਭੈੜੀ ਆਤ ਕਰਕੇ ਪੰਜ ਹੀ ਮਾਰੇ ਗਏ ਦੋਸ਼ ਇੱਕ ਹੈ ਪਰ ਮਾਰੇ ਪੰਜ ਗਏ ਪਰ ਪੰਜ ਦੋਖ ਅਸਾਧ ਜਾਮੇ ਪੰਜ ਦੋਖ ਅਸਾਦ ਅਸਾਦ ਰੋਗ ਹੁੰਦਾ क्रॉनिक ਡਿਜ਼ੀਜ਼ ਜਿਹਦਾ ਉਪਚਾਰ ਨਾ ਕੀਤਾ ਜਾ ਸਕੇ ਪੰਜ ਦੋਖ ਅਸਾਧ ਜਾਮੇ ਤਾਂ ਕਿ ਇਤਿਹਾਸ ਗੁਰੂ ਜੀ ਕਹਿੰਦੇ ਹਨ ਇਹ ਧਿਰਗਤ ਜਾਨ ਵਾਲੇ ਪੰਜ ਇੱਕ ਦੋਸ਼ ਕਰਕੇ ਮਾਰੇ ਗਏ ਐ ਮਨੁੱਖ ਐ ਪ੍ਰਾਣੀ ਤੇਰੇ ਤਾਂ ਕੱਲੇ ਚ ਪੰਜ ਹਨ ਤੇਰੇ ਕਤਕ ਬਚਨ ਦੀ ਆਸ ਹੈ ਅਗੇ ਕਹਿੰਦੇ ਹਨ ਮਾਦੋ ਅਵਿਦੇਹ ਹਤਕੀਨ ਵਿਵੇਕ ਦੀ ਮਲੀਨ ਕਿਉਂਕਿ ਸਾਨੂੰ ਉਹ ਪਰਖ ਨਹੀਂ ਰਹੀ ਸਾਡੇ ਜਿਹੜੀ ਬੁੱਧੀ ਦਾ ਦੀਵਾ ਹੈ ਉਹਦੇ ਗੁੱਲ ਆ ਗਿਆ ਹੈ ਉਹਦੀ ਜਿਹੜੀ ਰੋਸ਼ਨੀ ਹੈ ਉਹ ਮੱਧ ਹੋ ਗਈ ਹੈ ਪਿਆਰੀ ਸਾਧ ਸੰਗ ਜੀਓ ਹੁਣ ਨੌ ਦਵਾਰਿਆਂ ਦੀ ਵਿਆਖਿਆ ਕੀਤੀ ਗਈ ਹੈ ਮਿਰਗ ਮਿਰਗ ਨੂੰ ਕੀ ਹੈ ਕੰਨ ਰਸ ਸੁਣਨ ਦਾ ਫੜਨ ਵਾਲੇ ਨੂੰ ਉਹਦੀ ਕਮਜ਼ੋਰੀ ਦਾ ਪਤਾ ਹੈ ਇੱਕ ਘੰਡੇ ਿਹੜਾ ਨਾਦ ਹੈ ਘੰਡੇ ਿਹੜਾ ਘੰਡੇੜਾ ਜਿਹਨੂੰ ਕਹਿੰਦੇ ਆ ਇਸ ਦੀ ਨਾਦ ਦੀ ਆਵਾਜ਼ ਦੇ ਉੱਤੇ ਇਹ ਜਿਹੜਾ ਹਿਰਨ ਹੈ ਬਹੁਤ ਲੱਟੂ ਹੋ ਜਾਂਦਾ ਹੈ ਜਿੱਧਰੋਂ ਆਵਾਜ਼ ਆਉਂਦੀ ਹੈ ਇਹ ਉਧਰ ਨੂੰ ਭੱਜਦਾ ਹੈ ਫੜਨ ਵਾਲੇ ਨੂੰ ਪਤਾ ਹੈ ਕਿ ਇਸ ਨੂੰ ਕਿਸ ਤਰ੍ਹਾਂ ਫੜਨਾ ਹੈ ਪੈਰੀ ਸਾਧ ਸੰਜੀਓ ਉਹ ਰਸਤੇ ਦੇ ਵਿੱਚ ਖੱਡਾ ਪਟ ਕੇ ਉੱਥੇ ਕੜਕੀ ਲਾ ਦਿੰਦਾ ਹੈ ਫੰਦਾ ਲਾ ਦਿੰਦਾ ਹੈ ਆਪ ਸ਼ਿਪ ਕੇ ਦੂਰ ਨਾਦ ਵਜਾਉਂਦਾ ਹੈ ਫਿਰਨ ਕੰਨ ਰਸਦਾ ਮਾਰਿਆ ਹੋਇਆ ਕੰਨ ਵਿੱਚ ਸਵਾਦ ਸੰਗੀਤ ਦਾ ਸਵਾਦ ਉਹ ਜਿੱਧਰੋਂ ਆਵਾਜ਼ ਆ ਰਹੀ ਹੁੰਦੀ ਆ ਉਧਰੋਂ ਸਿਰ ਤਪ ਨੱਟਦਾ ਹੈ ਤੇ ਉਹ ਜਾ ਕੇ ਖੱਡੇ ਦੇ ਵਿੱਚ ਉਸ ਕੜਕੀ ਦੇ ਵਿੱਚ ਫਸ ਜਾਂਦਾ ਹੈ ਮਾਰਿਆ ਗਿਆ ਪਿਆਰੀ ਸਾਧ ਸੰਗਜੋ ਮਨੁੱਖ ਵੀ ਇਸ ਕੰਨ ਰਸ ਤੋਂ ਨਹੀਂ ਬਚਿਆ ਹੋਇਆ ਜਦੋਂ ਵੀ ਕਿਤੇ ਕਿਸੇ ਦੀ ਚੁਗਲੀ ਲੈਂਦਿਆ ਹੁੰਦੀ ਆ ਤੜਾ ਬੜਾ ਕੰਨ ਲਾ ਕੇ ਸੁਣਦਾ ਹੈ ਇਥੋਂ ਤੱਕ ਆ ਕਿ ਆਪਾਂ ਭੁੱਲ ਜਾਂਦਾ ਹੈ ਹਾਂ ਫਿਰ ਕੀ ਹੋਇਆ ਫਿਰ ਕੀ ਹੋਇਆ ਕਿਸ ਤਰ੍ਹਾਂ ਹੋਇਆ ਉਹ ਸਾਰੀ ਗੱਲ ਸੁਣਦਾ ਹੈ ਸੋ ਪਿਆਰੀ ਸਾਧ ਸੰਗਜੋ ਇਹ ਹੈ ਕੰਨ ਰਸ ਇਸ ਤੋਂ ਆ ਗਈ ਮੱਛੀ ਮੀਨ ਮੱਛੀ ਨੂੰ ਜੀਵ ਰਸ ਮੱਛੀ ਨੂੰ ਜੀਵ ਹੈ ਇਹ ਜੀਵ ਰਸ ਕਰਕੇ ਮਾਰੀ ਗਈ ਫੜਨ ਵਾਲੇ ਨੂੰ ਪਤਾ ਹੈ ਉਹ ਕੁੰਡੀ ਨੂੰ ਗੁੰਡਵਾ ਲਾ ਲੈਂਦਾ ਹੈ ਜਾਂ ਆਟਾ ਜਾਂ ਹੋਰ ਇਹਦੀ ਚੀਜ਼ ਲਾ ਕੇ ਪਾਣੀ ਵੀ ਸੜ ਦਿੰਦਾ ਹੈ ਮੱਛੀ ਨਹੀਂ ਦੇਖਦੀ ਇਹ ਜੀਵ ਰਸ ਕਰਕੇ ਖਾਣ ਦੇ ਸਵਾਦ ਕਰਕੇ ਉਹ ਜਿਹੜੀ ਕੁੰਡੀ ਹੈ ਸਣੇ ਕੁੰਡੀ ਉਹ ਜਿਹੜਾ ਆਟਾ ਜਾਂ ਜੋ ਵੀ ਗੰਡੋਆ ਲਗਿਆ ਉਹਨੂੰ ਨਿਕਲ ਜਾਂਦੀ ਹੈ ਤੇ ਫਸ ਜਾਂਦੀ ਹੈ ਪਹਿਲੀ ਸਾਧ ਸੰਗ ਜੀ ਉਹ ਮਲੁਖ ਵੀ ਇਸ ਜੀਵ ਰਸ ਤੋਂ ਬਚਿਆ ਨਹੀਂ ਹੋਇਆ ਇਹ ਵੀ ਸਾਰਾ ਦਿਨ ਇਸ ਜੀਵ ਰਸ ਦੇ ਵਿੱਚ ਮਸਤ ਰਹਿੰਦਾ ਹੈ ਪਹਿਲੀ ਸਾਧ ਸੰਗ ਜੀਓ ਅੱਗੇ-ਅਗੇ ਨਾਸਕਾ ਸੁਗੰਧ ਰਸ ਸੁਗੰਦੀ ਖਸ਼ਬੂ ਜਿਹੜਾ ਪੰਮਰਾ ਹੈ ਪੰਮਰਾ ਜਦੋਂ ਫੁੱਲ ਖਿੜਦਾ ਹੈ ਕਮਲ ਦਾ ਉਹਦੇ ਵਿੱਚ ਜਾ ਕੇ ਬੈਠ ਜਾਂਦਾ ਹੈ ਸਾਰਾ ਦਿਨ ਮਸਤ ਰਹਿੰਦਾ ਹੈ ਉੜਨਾ ਹੀ ਭੁੱਲ ਜਾਂਦਾ ਹੈ ਜਦੋਂ ਈਵਨਿੰਗ ਸੰਧਿਆ ਹੁੰਦੀ ਹੈ ਪੰਖੜੀਆਂ ਕਲੋਜ਼ ਹੁੰਦੀਆਂ ਇਕੱਠੀਆਂ ਹੁੰਦੀਆਂ ਨੇ ਤੇ ਵਿੱਚੇ ਉਹ ਘੁੱਟ ਕੇ ਮਰ ਜਾਂਦਾ ਹੈ ਪੈਰੀ ਸਾਧ ਸੰਗ ਜੀਓ ਆਦਮੀ ਵੀ ਇਸ ਸੁਗੰਧ ਰਾਸ ਤੋਂ ਬਚਿਆ ਨਹੀਂ ਹੋਇਆ ਆਦਮੀ ਦੀ ਬਾਡੀ ਤੋਂ ਭਾਵੇਂ ਕਿੰਨੀ ਵੀ ਦਰਗੰਧ ਆਉਂਦੀ ਹੋਵੇ ਮੁਸ਼ਕ ਆਉਂਦਾ ਹੋਵੇ ਉਹ ਵੱਡੇ ਸਾਰਾ ਪਰਫਿਊਮ ਲੈ ਲਏਗਾ ਤੇ ਨਾਲੇ ਕਹੇਗਾ ਇਹ ਭੂਆ ਨੇ ਦਿੱਤਾ ਹੈ ਇੰਪੋਰਟਡ ਹੈ ਇੰਗਲੈਂਡ ਤੋਂ ਲੈਂਦਾ ਹੈ ਤੇ ਸਾਰੇ ਦਿਨ ਆਪਣੇ ਸਰੀਰ ਦੇ ਉੱਤੇ ਸਪਰੇਅ ਕਰਦਾ ਰਹਿੰਦਾ ਹੈ ਅੱਗੇ ਆ ਗਿਆ ਅੱਖਾਂ ਰੂਪਰਸ ਸੁੰਦਰਤਾ ਜਿਹੜਾ ਪਤੰਗਾ ਹੈ ਉਹ ਲਾਈਟ ਦੀ ਸੁੰਦਰਤਾ ਉੱਤੇ ਮਰਦਾ ਹੈ ਜਦੋਂ ਵੀ ਉਸ ਨੂੰ ਕੋਈ ਚੀਜ਼ ਚਮਕਦੀ ਦਿਖਦੀ ਹੈ ਉਹ ਉਦੋਂ ਨੂੰ ਭਜਦਾ ਹੈ ਜਦੋਂ ਬਰਸਾਤ ਦੇ ਦਿਨਾਂ ਦੇ ਵਿੱਚ ਕੋਈ ਲਾਈਟ ਤੇ ਉੱਤੇ ਜਾਂਦਾ ਹੈ ਤਾਂ ਆਲੇ-ਦਾਲੇ ਭਮੱਕੜ ਇਕੱਠੇ ਹੋ ਜਾਂਦੇ ਹਨ ਤੇ ਉਹ ਵਿੱਚ ਉਹਦੇ ਜਾ ਕੇ ਪ੍ਰਵਾਨੇ ਸ਼ਹੀਦ ਹੋ ਜਾਂਦੇ ਹਨ ਇਹਦਾ ਭਾਵ ਹੈ ਜੋ ਪ੍ਰਵਾਨਾ ਹੈ ਇਹ ਆਪਣੇ ਰੂਪਰਸ ਦੇ ਉੱਤੇ ਆ ਕੇ ਫਿਦਾ ਹੋ ਗਿਆ ਪਿਆਰੀ ਸਾਧ ਸੰਗਜੋ ਕੀ ਇਨਸਾਨ ਇਸ ਤੋਂ ਬਚਿਆ ਹੋਇਆ ਹੈ ਨਹੀਂ ਇਨਸਾਨ ਵੀ ਜਦੋਂ ਕਿਸੇ ਪਾਸੇ ਕੋਈ ਸੁੰਦਰ ਚੀਜ਼ ਦੇਖਦਾ ਹੈ ਉਦੋਂ ਦੇਖਣ ਤੋਂ ਹਟਦਾ ਹੀ ਨਹੀਂ ਹੈ ਮੂਰੇ ਤੋਂ ਭਾਵੇਂ ਕੋਈ ਸਕੂਟਰ ਵਜੇ ਵਿੱਚ ਆ ਕੇ ਛਾਇ ਸਾਈਕਲ ਵਜੇ ਕਹਿਣ ਦਾ ਭਾਵ ਕੀ ਹੈ ਕਿ ਬੰਦਾ ਵੀ ਇਸ ਰੂਪ ਰਸ ਤੋਂ ਬਚਿਆ ਹੋਇਆ ਨਹੀਂ ਹੈ ਪਿਆਰੀ ਸਾਧ ਸੰਗ ਜੀਓ ਅੱਗੇ ਇੱਕ ਹੁੰਚਰ ਹਾਥੀ ਕਿੱਡਾ ਵੱਡਾ ਜਾਨਵਰ ਹੈ ਫੜਨ ਵਾਲੇ ਨੂੰ ਉਹਦੀ ਕਮਜ਼ੋਰੀ ਦਾ ਪਤਾ ਹੈ ਪਿਆਰੀ ਸਾਧ ਸੰਗ ਜੀਓ ਉਹ ਫੰਦਕ ਜਿਹੜਾ ਹੈ ਉਹ ਇੱਕ ਬੜਾ ਸਾਰਾ ਖੱਡਾ ਪਾਟ ਲੈਂਦਾ ਹੈ ਖੱਡੇ ਨੂੰ ਕਾਹ ਫੂਸ ਦੇ ਨਾਲ ਕਾਨਿਆਂ ਦੇ ਨਾਲ ਟੱਕ ਦਿੰਦਾ ਹੈ ਅਦੇ ਉਹਦੇ ਉੱਤੇ ਇੱਕ ਕਾਲੇ ਕਾਗ ਦੀ ਹਥਣੀ ਬਣਾ ਕੇ ਕਢਾ ਦਿੰਦਾ ਹੈ ਹਾਥੀ ਕੰਬਸ ਦੇ ਵਿੱਚ ਗਲਤਾਨ ਹੋਇਆ ਦੂਰੋਂ ਭੱਜ ਕੇ ਆਉਂਦਾ ਹੈ ਅਤੇ ਹਥਣੀ ਨੂੰ ਸਪਰਸ਼ ਕਰਨ ਦੀ ਕੋਸ਼ਿਸ਼ ਕੀਤਾ ਹੈ ਕਿਉਂਕਿ ਖੱਡੇ ਉੱਤੇ ਤਾਂ ਕਾਲੇ ਕਾਗ ਦੀ ਹਥਣੀ ਖੜੀ ਹੁੰਦੀ ਹੈ ਜਦੋਂ ਉਸ ਨੂੰ ਸਪਰਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਖੱਡੇ ਦੇ ਵਿੱਚ गिर ਜਾਂਦਾ ਹੈ ਪਿਆਰੀ ਸਾਧ ਸੰਗਜੋ ਫਿਰ ਉਹਨੂੰ 10 ਦਿਨ ਪੁਖਾਰਾ ਕੇ ਉਹ ਜਿਹੜਾ ਫੰਦਗਾ ਬਾਹਰ ਕਢਦਾ ਹੈ ਤੇ ਸਾਰੀ ਜ਼ਿੰਦਗੀ ਉਹਦੇ ਉੱਤੇ ਉਹ ਜਿਹੜਾ ਗੁਲਾਮੀ ਦਾ ਅੰਕਸ਼ ਹੈ ਉਹ ਚੱਲਦਾ ਰਹਿੰਦਾ ਹੈ ਸੋ ਗੁਰੂ ਜੀ ਇੱਥੇ ਕੀ ਕਹਿੰਦੇ ਹਨ ਗੁਰੂ ਜੀ ਕਹਿੰਦੇ ਹਨ ਇਹ ਪ੍ਰਾਣੀ ਤੂੰ ਹਾਥੀ ਨਾਲੋਂ ਵੱਡਾ ਨਹੀਂ ਹੈ ਤੂੰ ਬ੍ਰਹਮਾ ਨਾਲੋਂ ਵੱਡਾ ਨਹੀਂ ਹੈ ਤੂੰ ਵਿਸ਼ਨੂੰ ਨਾਲੋਂ ਵੱਡਾ ਨਹੀਂ ਹੈ ਇਹ ਇੰਦਰ ਨਾਲੋਂ ਵੱਡਾ ਨਹੀਂ ਹੈ ਜਦੋਂ ਇਹ ਕਾਮਰਸ ਦੇ ਵਿੱਚੋਂ ਬਚ ਨਹੀਂ ਸਕੇ ਤੇ ਤੂੰ ਕਿਹੜੇ ਬਾਗ ਦੀ ਬੂਲੀ ਹੈ ਤੇ ਬਚ ਜਾਏਗਾ ਪਰ ਪਹਿਲੇ ਸਾਧ ਸੰਗ ਜੀਓ ਬਚਿਆ ਜਾ ਸਕਦਾ ਹੈ ਕਾਦੇ ਨਾਲ ਨਾਮ ਦੇ ਨਾਲ ਇੱਥੇ ਦੂਸਰਾ ਪਰ ਫੇਰ ਆ ਗਿਆ ਪਰ ਅਸੀਂ ਇਸ ਨਾਮ ਦੇ ਨਾਲ ਵੀ ਇਹਨਾਂ ਦੁਆਰਿਆਂ ਦੇ ਇਹਨਾਂ ਰਸਾਂ ਨੂੰ ਜਿਹੜੇ ਕੁਦਰਤੀ ਰਸ ਹਨ ਖਤਮ ਨਹੀਂ ਕਰ ਸਕਦੇ ਪਰ ਅਸੀਂ ਨਾਮ ਦੀ ਸਹਾਇਤਾ ਦੇ ਨਾਲ ਇਹਨਾਂ ਦੀ ਜਿਹੜੀ ਵੇਗ ਹੈ ਜਿਹੜੀ ਤੇਜ਼ੀ ਹੈ ਜਿਹੜਾ ਇਹਦਾ ਤਿੱਬਰਤਾ ਤਿੱਖਾ ਬਣਿਆ ਉਸ ਨੂੰ ਅਸੀਂ ਥੋੜਾ ਜਿਹਾ ਡਾਊਨ ਕਰ ਸਕਦੇ ਹਾਂ ਪਿਆਰੀ ਸਾਧ ਸੰਗ ਜੀਓ ਨਾਮ ਵੀ ਲੈ ਲਿਆ ਮਨ ਨੂੰ ਰੱਸਾ ਵੀ ਪਾ ਲਿਆ ਸਭ ਕੁਝ ਹੋ ਗਿਆ ਹੁਣ ਜਿਹੜਾ ਨਾਮ ਹੈ ਇਹ ਜਪਣਾ ਕਿਸ ਤਰ੍ਹਾਂ ਹੈ ਪਿਆਰੀ ਸਾਧ ਸੰਗ ਜੀਓ ਇਹ ਜਿਸ ਤਰ੍ਹਾਂ 10ਵੀਂ ਦੇ ਵਿੱਚ ਫਾਰਮੂਲਾ ਹੈ a+b ਦਾ ਹੋਲ ਸਕੁਆਇਰ ਜਿੰਨਾ ਸਾਨੂੰ a+b ਦੀ ਹੋਲ ਸਕੁਆਇਰ ਬਾਰੇ ਨਹੀਂ ਪਤਾ ਉਹਨਾਂ ਜਦ ਅਸੀਂ ਸਵਾਲ ਹੱਲ ਨਹੀਂ ਕਰ ਸਕਦੇ ਇਸੇ ਤਰ੍ਹਾਂ ਜੇ ਸਾਨੂੰ ਨਾਮ ਦੀ ਪ੍ਰਕਿਰਿਆ ਬਾਰੇ ਨਹੀਂ ਪਤਾ ਨਾਮ ਦੇ ਫਾਰਮੂਲੇ ਨਹੀਂ ਪਤਾ ਤਾਂ ਸਾਨੂੰ ਉਹ ਅਨਤ ਤੋਂ ਵੀ ਨਹੀਂ ਸੁਣੇਗੀ ਅਸੀਂ ਉਸ ਪ੍ਰਮਾਤਮਾ ਦੇ ਵਿੱਚ ਲਵ ਲੀਨ ਉਹਦੇ ਵਿੱਚ ਇੱਕ ਮਿਕ ਨਹੀਂ ਹੋ ਸਕਦੇ ਪਰੀ ਸਾਧ ਸੰਗ ਜੋ ਇਹਦੇ ਵੀ ਫਾਰਮੂਲਾ ਹੈ ਉਹ ਕੀ ਹੈ ਜਦੋਂ ਅਸੀਂ ਨਾਮ ਜਪਣਾ ਹੈ ਉਸ ਪ੍ਰਮਾਤਮਾ ਦੀ ਆਵਾਜ਼ ਕਰਨੀ ਹੈ ਤਾਂ ਜਿੱਥੇ ਵੀ ਅਸੀਂ ਬੈਠੇ ਹਾਂ ਉਥੇ ਫਿਜ਼ੀਕਲੀ ਬੈਠੀਏ ਨਾਲ ਮੈਂਟਲੀ ਬੈਠੀਏ ਕਈ ਵਾਰੀ ਅਸੀਂ ਕਮਰੇ ਵਿੱਚ ਬੈਠੇ ਹੁੰਦੇ ਆਂ ਧਿਆਨ ਸਾਡਾ ਬਾਹਰ ਹੁੰਦਾ ਹੈ ਫਿਰ ਉਹ ਸਾਡੀ ਲਿਵ ਨਹੀਂ ਲੱਗ ਸਕਦੀ ਦੋ ਚੀਜ਼ਾਂ ਹੋਰ ਚਾਰ ਚੀਜ਼ਾਂ ਜਿਸ ਤਰ੍ਹਾਂ ਸਲਾਈ ਦੇ ਵਾਸਤੇ ਸੀਗੀਆਂ ਇੱਥੇ ਵੀ ਚਾਰ ਚੀਜ਼ਾਂ ਬੰਦੇ ਦਾ ਫਿਜ਼ੀਕਲੀ ਬੈਠਣਾ ਮੈਂਟਲੀ ਬੈਠਣਾ ਤੇ ਦੋ ਚੀਜ਼ਾਂ ਸ਼ਬਦ ਤੇ ਸੁਰਤ ਇੱਥੇ ਦਸਵੇਂ ਦਵਾਰ ਦੇ ਵਿੱਚ ਲਿਆ ਕੇ ਉਥੇ ਉਸ ਦਾ ਚਿੰਤਨ ਕਰਨਾ ਹੈ ਜਿੰਨਾ ਚਿਰ ਅਸੀਂ ਇਹਨਾਂ ਚਾਰ ਚੀਜ਼ਾਂ ਨੂੰ ਇੱਥੇ ਦਸਵੇਂ ਦਾਰਜ ਲੈ ਕੇ ਚਿੰਤਨ ਨਹੀਂ ਕਰਦੇ ਉਹਨਾਂ ਚਿਰ ਉਹ ਕਵਾੜ ਨਹੀਂ ਖੁੱਲਦਾ ਉਹ ਜਿਹੜੀ ਨਾਮ ਦੀ ਚਾਬੀ ਹੈ ਉਹ ਲਾ ਕੇ ਦਸਵੇਂ ਦਵਾਰ ਦਾ ਜੋ ਕਵਾੜ ਹੈ ਜਿੱਥੇ ਅਨਹਦ ਤੁਨ ਸਦਾ ਵੱਜਦੀ ਰਹਿੰਦੀ ਹੈ ਜਿੱਥੋਂ ਉਸ ਉਸ ਪਰਮਾਤਮਾ ਨਾਲ ਮੇਲ ਹੁੰਦਾ ਹੈ ਜਿੱਥੇ ਸਾਨੂੰ ਉਸ ਰੱਬੀ ਜੋਤ ਦਾ ਰੱਬੀ ਸਰੂਰ ਦਾ ਰੱਬੀ ਨਾਦ ਦਾ ਰੱਬੀ ਰਾਗ ਦਾ ਉਹ ਸਾਨੂੰ ਜੋ ਸੁਣਦਾ ਹੈ ਉਹ ਉਦੋਂ ਹੀ ਸੁਨੇਗਾ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਕੇ ਉਸ ਦੀ ਉਹ ਆਵਾਜ਼ ਕਰਾਂਗੇ ਤੇ ਉਸਾ ਧਿਆਨ ਲਾਵਾਂਗੇ ਹੁਣ ਗੱਲ ਇੱਥੇ ਆਈ ਹੈ ਕਿ ਜੇ ਇਹ 10 ਦੁਆਰਿਆਂ ਦੇ ਵਿੱਚ ਇਹ ਸਾਰਾ ਦਿਨ ਬੰਦਾ ਘੁੰਮਦਾ ਰਹਿੰਦਾ ਹੈ ਉਹ ਕਿਹੜਾ ਸਮਾਂ ਹੈ ਜਦੋਂ ਅਸੀਂ ਇਹਨਾਂ ਦੁਆਰਿਆਂ ਤੋਂ ਬਾਹਰ ਹੁੰਨੇ ਆ ਪਿਆਰੀ ਸਾਧ ਸੰਗਜਿਓ 24 ਘੰਟੇ ਵਿੱਚ ਇੱਕ ਸਮਾਂ ਇਹ ਜਾ ਆਉਂਦਾ ਹੈ ਜਦੋਂ ਅਸੀਂ ਇਹਨਾਂ ਦੁਆਰਿਆਂ ਤੋਂ ਬਾਹਰ ਹੁੰਦੇ ਤਾਂ ਕਿਹੜਾ ਸਮਾਂ ਹੈ ਉਹ ਹੈ ਅਮਰਤ ਵੇਲੇ ਦਾ ਕਿਉਂ ਹੈ ਅਮਰਤ ਵੇਲੇ ਦਾ ਕਿਉਂਕਿ ਅਮਰਤ ਵੇਲੇ ਅਸੀਂ ਇਸ਼ਨਾਨ ਕਰਕੇ ਜਿਹੜੇ ਅਸੀਂ ਪਿਛਲੇ ਦਿਨ ਇਹਨਾਂ ਦੁਆਰਿਆਂ 'ਚ ਘੁੰਮੇ ਆ ਰਾਤ ਨੂੰ ਘੁੰਮੇ ਆ ਇਸ਼ਨਾਨ ਕਰਕੇ ਪਵਿੱਤਰ ਹੋ ਗਏ ਅਸੀਂ ਬੈਠ ਗਏ ਆ ਹੁਣ ਸਵੇਰ ਦੇ ਟਾਈਮ ਸਾਡੇ ਇਹ ਨੌ ਦੇ ਨੌ ਦੁਆਰੇ ਬੰਦ ਹਨ ਕਿਉਂਕਿ ਅਸੀਂ ਕੁਝ ਸੁਣਿਆ ਨਹੀਂ ਹੈ ਇਹ ਦੁਆਰਾ ਬੰਦ ਹੈ ਅਸੀਂ ਕੁਝ ਸੁੰਗਿਆ ਨਹੀਂ ਹੈ ਇਹ ਦੁਆਰਾ ਬੰਦ ਹੈ ਅਸੀਂ ਕੁਝ ਦੇਖਿਆ ਨਹੀਂ ਹੈ ਇਹ ਦੁਆਰੇ ਬੰਦ ਹਨ ਅਸੀਂ ਕੁਝ ਖਾਧਾ ਨਹੀਂ ਹੈ ਇਹ ਦੁਆਰਾ ਬੰਦ ਹੈ ਬਾਕੀ ਅਸੀਂ ਇਸ਼ਹਾਰਨ ਕਰਕੇ ਪਵਿੱਤਰ ਹੋ ਗਏ ਆ ਪਿਆਰੀ ਸਾਧ ਸੰਗਤ ਜੀਓ ਇਹ 10 ਮਿੰਟ 5 ਮਿੰਟ ਅੱਧਾ ਘੰਟਾ ਜਿੰਨਾ ਵੀ ਸਮਾਂ ਹੈ ਅਸੀਂ ਉਸ ਪ੍ਰਮਾਤਮਾ ਨਾਲ ਇੱਕਮਿਕ ਹੋ ਕੇ ਉਹ ਜਿਵੇਂ ਲਿਵਲੀਨ ਹੋ ਕੇ ਅੰਤਰ ਧਿਆਨ ਹੋ ਕੇ ਉਹਦੀ ਜੋ ਤੁਰਕੀ ਬਾਣੀ ਹੈ ਜੋ ਉਹਦਾ ਰਸ ਹੈ ਜੋ ਉਹਦਾ ਆਨੰਦ ਹੈ ਉਹ ਮਾਣ ਸਕਦੇ ਹਾਂ ਸੋ ਪਹਿਲੇ ਸਾਧ ਸੰਗਤ ਜੀਓ ਆਪ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸੁਣਿਆ ਅੱਜ ਤੋਂ ਬਾਅਦ ਇਹ ਚਾਰੇ ਚੀਜ਼ਾਂ ਦੇ ਸਮੇਲ ਕਰਕੇ ਉਸ ਪ੍ਰਮਾਤਮਾ ਦੀ ਅਰਦਾਸਾ ਕਰੋ ਅਤੇ ਉਹ ਰੱਬੀ ਨਾਦ ਜਿਹੜਾ ਹੈ ਸਦਾ ਸੁਣਦੇ ਰਹੋ ਜੈ ਗੁਰਦੇਵ ਧੰਨਵਾਦ ਵਾਟੜੀ ਤੋਂ ਗੁਰੂ ਘਰ ਲਈ ਮੁਫਤ ਗੱਡੀ ਸੇਵਾ ਸੰਗਤ ਦੀ ਸਹੂਲਤ ਲਈ ਸ਼੍ਰੀ ਚਰਨਸ਼ੋ ਗੰਗਾਲੇ ਬੋਫਤ ਗੱਡੀ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਤੋਂ ਸੰਗਤਾਂ ਫਾਇਦਾ ਲੈ ਸਕਦੀਆਂ ਹਨ ਅਤੇ ਗੁਰੂ ਘਰ ਦੇ ਦਰਸ਼ਨ ਕਰ ਸਕਦੀਆਂ ਹਨ ਆਧਾਰਨ ਪੱਤਰਕਾ ਹਿੰਦੀ ਤੇ ਪੰਜਾਬੀ ਮਾਸਕਤੀ ਸਹਿਯੋਗੀ ਰਾਸ਼ੀ 1 ਸਾਲ ਦੀ 120 ਰੁਪਏ ਸੰਪਾਦਕ ਨਜ ਰਾਮਾਨ 9491724454 ਸਹਾਇਕ ਸੰਪਾਦਕ ਅਜੀਤ ਰਾਮ ਖੈਤਾਨ ਰਾਮ ਸਿੰਘ ਬੱਦਨ ਚਿੰਤਾ ਇਸ ਪਤੇ ਤੇ ਮਨੀ ਆਰਡਰ ਕਰੋ ਜੀ ਸ਼੍ਰੀ ਕਰਮਚੰਦ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਸ਼ੋਗੰਗਾ ਅਮਰਤਕੋਣ ਸੱਚਖੰਡ ਖੁਰਾਰਗੜ ਸਾਹਿਬ ਤਹਿਸੀਲ ਗੜ ਸ਼ੰਕਰ ਡਿਸਟ੍ਰਿਕਟ ਹੁਸ਼ਿਆਰਪੁਰ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਆਪਣੀ رائے ਇਹਨਾਂ ਨੰਬਰਾਂ ਤੇ ਦਿਓ